ਇਹ ਬੇਅਦਬੀ ਦੀਆਂ ਘਟਨਾਵਾਂ ਵਾਪਰਦਿਆਂ ਨੂੰ ਲਗਭਗ 13 ਸਾਲ ਦਾ ਸਮਾਂ ਬੀਤ ਗਿਆ। ਉਹ ਇਹ ਹੈ ਕਿ ਗਿਣੀ ਮਿਤੀ ਸਾਂਝ ਦੇ ਤਹਿਤ ਏਜੰਸੀਆਂ ਜਾਂ ਸੈਂਟਰ ਸਰਕਾਰ ਕਰਾਉਂਦੀ ਹੈ। ਜਿੰਨੀਆਂ ਮਾਲਵੇ ਦੇ ਵਿੱਚ ਵਿਆਹੀਆਂ ਹੋਈਆਂ ਉਹ ਸਰਸੇ ਵਾਲੇ ਨੂੰ ਮੰਨਣ ਵਾਲੇ ਜਿਹੜੇ ਪ੍ਰੇਮੀ ਕਹਿੰਦੇ ਆ ਇਹ ਉਹਨਾਂ ਵੱਲੋਂ ਕੀਤੀਆਂ ਗਈਆਂ। ਜਿਹੜੀਆਂ ਮਾਝੇ ਦੇ ਵਿੱਚ ਤਕਰੀਬਨ ਬੇਅਦਬੀਆਂ ਕੀਤੀਆਂ ਜੇਕਰ ਉਹਨਾਂ ਦਾ ਪਛੋਕੜ ਦੇਖਿਆ ਜਾਵੇ ਉਹਨਾਂ ਦਾ ਪਛੋਕੜ ਜਾਂ ਉਹਨਾਂ ਦਾ ਮੇਲ ਜੋਲ ਈਸਾਈ ਮਤ ਦੇ ਨਾਲ ਆ। ਨਿਮਰਤਾ ਰੱਖਣੀ ਜ਼ਰੂਰੀ ਹੈ ਪਰ ਜਿੱਥੋਂ ਨਿਮਰਤਾ ਦੀ ਗੱਲ ਮੁੱਕ ਜਾਂਦੀ ਆ ਉੱਥੇ ਸਿੱਖ ਵਾਸਤੇ ਛਤਰ ਚੁੱਕਣਾ ਜਾਂ ਆਪਣੇ ਕੋਲ ਰੱਖਣਾ ਇਹ ਅਤ ਜ਼ਰੂਰੀ ਹੈ। ਹਿੰਦੂ ਮਤ ਦੇ ਧਾਰਮਿਕ ਗ੍ਰੰਥਾਂ ਦੀ ਨਰਾਦਰੀ ਨਹੀਂ ਹੋਈ, ਈਸਾਈ ਮਤ ਦੇ ਧਾਰਮਿਕ ਗ੍ਰੰਥਾਂ ਦੀ ਨਰਾਦਰੀ ਨਹੀਂ ਹੋਈ, ਮੁਸਲਮਾਨੀ ਮਤ ਦੇ ਧਾਰਮਿਕ ਗ੍ਰੰਥਾਂ ਦੀ ਅਤੇ ਧਾਰਮਿਕ ਅਸਥਾਨਾਂ ਦੀ ਧਾਰਮਿਕ ਇਨਸਾਨਾਂ ਦੀ ਕਦੇ ਵਾਸਤੇ ਨਰਾਦਰੀ ਨਹੀਂ ਹੋਈ। ਅਸੀਂ ਚਾਹੁੰਦੇ ਨਹੀਂ ਹਰ ਇੱਕ ਧਰਮ ਦਾ ਹਰ ਇੱਕ ਧਾਰਮਿਕ ਗ੍ਰੰਥ ਦਾ ਸਤਿਕਾਰ ਕਰਦੇ ਹਾਂ ਪਰ ਜਾਣ ਬੁੱਝ ਕਰਕੇ ਵਾਰ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਨਰਾਦਰੀ ਇਹ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਹੁੰਦੀ ਆ। ਆਪਾਂ ਸ਼ਸਤਰਧਾਰੀ ਹੋਈਏ, ਜਿਸ ਦਿਨ ਸਮੁੱਚਾ ਸਿੱਖ ਪੰਥ ਸ਼ਸਤਰਧਾਰੀ ਹੋ ਗਿਆ ਇਹੋ ਜਿਹੇ ਲੰਡੀ ਬੁੱਚੀ ਲੋਕ ਕਦੇ ਵਾਸਤੇ ਨਰਾਦਰੀ ਦੀ ਜ਼ਰੂਰਤ ਨਹੀਂ ਕਰਨਗੇ। ਮੈਂ ਆਪਣੇ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਪਿਆਰ ਅਤੇ ਸਤਿਕਾਰ ਸ਼ਾਇਦ ਵਾਹਿਗੁਰੂ ਜੀ ਕਾ ਖਾਲਸਾ। ਇਹ ਬੇਅਦਬੀ ਦੀਆਂ ਘਟਨਾਵਾਂ ਵਾਪਰਦਿਆਂ ਨੂੰ ਲਗਭਗ 13 ਸਾਲ ਦਾ ਸਮਾਂ ਬੀਤ ਗਿਆ। ਇਹ ਗਿਣੀ ਮਿਤੀ ਸਾਜ਼ਿਸ਼ ਦੇ ਤਹਿਤ ਹੁੰਦੀਆਂ, ਕੌਣ ਕਰਾਉਂਦਾ? ਮੇਰਾ ਜੋ ਨਜ਼ਰੀਆ, ਮੇਰਾ ਜੋ ਆਪਣਾ ਤਜਰਬਾ ਉਹ ਇਹ ਹੈ ਕਿ ਗਿਣੀ ਮਿਤੀ ਸਾਜ਼ਿਸ਼ ਦੇ ਤਹਿਤ ਏਜੰਸੀਆਂ ਜਾਂ ਸੈਂਟਰ ਸਰਕਾਰ ਕਰਾਉਂਦੀ ਹੈ। ਜਿੰਨੀਆਂ ਵੀ ਮਾਝਾ, ਦੁਆਬਾ ਅਤੇ ਮਾਲਵੇ ਦੇ ਇਲਾਕੇ ਵਿੱਚ ਬੇਅਦਬੀ ਹੁੰਦੀਆਂ, ਜਿੰਨੀਆਂ ਮਾਲਵੇ ਦੇ ਵਿੱਚ ਵਿਆਹੀਆਂ ਹੋਈਆਂ ਉਹ ਸਰਸੇ ਵਾਲੇ ਨੂੰ ਮੰਨਣ ਵਾਲੇ ਜਿਹੜੇ ਪ੍ਰੇਮੀ ਕਹਿੰਦੇ ਆ ਇਹ ਉਹਨਾਂ ਵੱਲੋਂ ਕੀਤੀਆਂ ਗਈਆਂ। ਜਿਹੜੀਆਂ ਮਾਝੇ ਦੇ ਵਿੱਚ ਤਕਰੀਬਨ ਬੇਅਦਬੀਆਂ ਕੀਤੀਆਂ ਜੇਕਰ ਉਹਨਾਂ ਦਾ ਪਛੋਕੜ ਦੇਖਿਆ ਜਾਵੇ ਉਹਨਾਂ ਦਾ ਪਛੋਕੜ ਜਾਂ ਉਹਨਾਂ ਦਾ ਮੇਲ ਜੋਲ ਈਸਾਈ ਮਤ ਦੇ ਨਾਲ ਆ ਜਾਂ ਇਸ ਇਲਾਕੇ ਦੇ ਵਿੱਚ ਵੀ ਜਿਹੜੀਆਂ ਹੁੰਦੀਆਂ ਇਹ ਗੁਰਮੁਖੋ ਕੋਈ ਕਹਿ ਕੇ ਕਰਾਉਂਦਾ ਹੈ। ਕਿਉਂ ਕਰਾਉਂਦਾ ਹੈ? ਅਸੀਂ ਜਿੰਨੇ ਵੀ ਸਿੱਖ ਹਾਂ, ਜਿੰਨੇ ਦੇਸ਼ਾਂ ਵਿੱਚ ਅਤੇ ਵਿਦੇਸ਼ਾਂ ਵਿੱਚ ਵੱਸਦੇ ਹਾਂ ਅਸੀਂ ਆਪਣੇ ਕੌਮੀ ਫਰਜ਼ ਜਾਂ ਪੰਥਕ ਜਿਹੜੇ ਸਾਡੇ ਫਰਜ਼ ਆ ਉਹਨਾਂ ਤੋਂ ਪਰੇ ਹੋ ਗਏ ਹਾਂ। ਸਾਡੇ ਕੌਮੀ ਜਾਂ ਪੰਥਕ ਫਰਜ਼ ਕੀ ਆ? ਛੇਵੇਂ ਪਾਤਸ਼ਾਹ ਨੇ ਸਾਨੂੰ ਸ਼ਸਤਰਧਾਰੀ ਬਖਸ਼ਿਸ਼ ਕੀਤਾ, ਸਾਨੂੰ ਸ਼ਸਤਰ ਬਖਸ਼ਿਸ਼ ਕੀਤੇ ਆ। ਅਸੀਂ ਸ਼ਸਤਰਾਂ ਨੂੰ ਤਿਆਗ ਕਰਕੇ ਇੱਕ ਨਿਮਰਤਾ, ਨਿਮਰਤਾ ਰੱਖਣੀ ਜ਼ਰੂਰੀ ਹੈ ਪਰ ਜਿੱਥੋਂ ਨਿਮਰਤਾ ਦੀ ਗੱਲ ਮੁੱਕ ਜਾਂਦੀ ਆ ਉੱਥੇ ਸਿੱਖ ਵਾਸਤੇ ਸ਼ਸਤਰ ਚੁੱਕਣਾ ਜਾਂ ਆਪਣੇ ਕੋਲ ਰੱਖਣਾ ਇਹ ਅਤ ਜ਼ਰੂਰੀ ਆ। ਛੇਵੇਂ ਪਾਤਸ਼ਾਹ ਨੇ ਸਾਨੂੰ 3 ਫੁੱਟੀਆਂ ਕਿਰਪਾਨਾਂ ਦਿੱਤੀਆਂ। ਅੱਜ ਜਿਹੜੇ ਕੌਮੀ ਜਾਂ ਪੰਥਕ ਪ੍ਰਚਾਰਕ ਆ ਉਹ ਛੇਵੇਂ ਪਾਤਸ਼ਾਹ ਦੇ ਹੁਕਮ ਦੀ ਉਲੰਘਣਾ ਕਰਦੇ ਆ। ਖਾਲੀ ਹੱਥ ਪ੍ਰਚਾਰ ਕਰਨਾ, ਖਾਲੀ ਹੱਥ ਕੀਰਤਨ ਕਰਨਾ, ਖਾਲੀ ਹੱਥ ਕਥਾ ਕਰਨੀ ਅਤੇ ਖਾਲੀ ਹੱਥ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ। ਜਦੋਂ ਅਸੀਂ ਤਮਾਮ ਸਿੱਖ ਸ਼ਸਤਰਧਾਰੀ ਹੋ ਗਏ, ਸ਼ਸਤਰ ਦੇ ਨਾਲ ਨਿਰਦੋਸ਼ ਨੂੰ ਮਾਰਨਾ ਨਹੀਂ, ਕਿਸੇ ਨੂੰ ਡਰਾਉਣਾ ਨਹੀਂ, ਕਿਸੇ ਨੂੰ ਧਮਕਾਉਣਾ ਨਹੀਂ, ਪਰ ਸ਼ਸਤਰ ਰੱਖ ਕਰਕੇ ਪੰਥ ਅਤੇ ਆਪਣੇ ਗੁਰੂ ਦੀ ਸੇਵਾ ਕਰਨੀ ਇਹ ਸਿੱਖ ਵਾਸਤੇ ਜ਼ਰੂਰੀ ਆ। ਮੈਂ ਆਪਣੇ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪਾਂ ਛੇਵੇਂ ਪਾਤਸ਼ਾਹ ਦੇ ਸਿੱਖ ਹਾਂ, ਛੇਵੇਂ ਪਾਤਸ਼ਾਹ ਨੇ ਆਪਾਂ ਨੂੰ 3 ਫੁੱਟੀਆਂ ਕਿਰਪਾਨਾਂ ਦਿੱਤੀਆਂ। ਜਿਸ ਦਿਨ ਅਸੀਂ ਸ਼ਸਤਰਧਾਰੀ ਹੋ ਗਏ ਹਰ ਇੱਕ ਸਿੱਖ ਨੇ ਆਪਣੇ ਗਾਤਰੇ 3 ਫੁੱਟੀ ਕਿਰਪਾਨ ਧਾਰਨ ਕਰ ਲਈ, ਵਿਰੋਧੀ ਧਿਰ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੋਂ ਉਹ ਬਾਜ਼ ਆਉਣਗੇ। ਕਿਉਂਕਿ ਗੁਰਮਤ ਦਾ ਇੱਕ ਅਸੂਲ ਆ ਵੈਰੀ ਜਿਹੜੇ ਆ ਵੈਰੀ ਹੱਥ ਕਰਾਰਿਆਂ ਕਦੇ ਨਾ ਬਣਦੇ ਮਿੱਤ। ਜਿੰਨਾ ਚਿਰ ਕਰਾਰੇ ਹੱਥ ਆਪਣੇ ਦੁਸ਼ਮਣ ਨੂੰ ਨਹੀਂ ਦਿਖਾਉਂਦੇ ਉਨਾ ਚਿਰ ਕਦੇ ਵਾਸਤੇ ਜਿਹੜੇ ਮੈਰੀ ਆ ਉਹ ਮਿੱਤਰ ਨਹੀਂ ਬਣਦੇ। ਇਹ 13 ਸਾਲ ਤੋਂ ਉੱਪਰ ਸਮਾਂ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਹੁੰਦੀ ਨੂੰ, ਇਹ ਕਰਾਉਂਦਾ ਕੌਣ ਆ? ਪਰ ਅਫਸੋਸ ਆ ਪੰਜਾਬ ਵਿੱਚ ਬੇਅਦਬੀ ਹੁੰਦੀ ਹੈ ਅਤੇ ਪੰਜਾਬ ਦਾ ਅਹੁਦੇਦਾਰ ਕੋਈ ਨਹੀਂ ਆਉਂਦਾ। ਹਰਿਆਣੇ ਵਿੱਚ ਬੇਅਦਬੀ ਹੁੰਦੀ, ਹਰਿਆਣੇ ਦਾ ਅਹੁਦੇਦਾਰ ਕੋਈ ਨਹੀਂ ਆਉਂਦਾ। ਰਾਜਸਥਾਨ ਵਿੱਚ ਹੁੰਦੀ ਆ ਅਤੇ ਰਾਜਸਥਾਨ ਦਾ ਅਹੁਦੇਦਾਰ ਕੋਈ ਨਹੀਂ ਆਉਂਦਾ। ਇਸੇ ਤਰ੍ਹਾਂ ਯੂਪੀ ਸਟੇਟ ਵਿੱਚ ਹੁੰਦੀ ਆ ਅਤੇ ਯੂਪੀ ਦਾ ਅਹੁਦੇਦਾਰ ਕੋਈ ਨਹੀਂ ਆਉਂਦਾ। ਸਾਡੇ ਗੁਰੂ ਨੇ ਕੁਰਬਾਨੀਆਂ ਦੇ ਕਰਕੇ ਅਤੇ ਹਿੰਦੁਸਤਾਨ ਦਾ ਰਾਜ ਇਹਨਾਂ ਲੋਕਾਂ ਨੂੰ ਦਵਾਇਆ, ਪਰ ਥਾਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਹੁੰਦੀ ਆ। ਕਦੇ ਰਾਸ਼ਟਰਪਤੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਾਂ ਸੂਬਾ ਸਰਕਾਰ ਜਾਂ ਸੈਂਟਰ ਸਰਕਾਰ ਨੇ ਬੇਅਦਬੀ ਦਾ ਕਦੇ ਵਾਸਤੇ ਅਫਸੋਸ ਨਹੀਂ ਕੀਤਾ। ਸਾਨੂੰ ਇਸ ਗੱਲ ਦਾ ਦੁੱਖ ਆ। ਅਸੀਂ ਸਾਰੇ ਧਰਮਾਂ ਦਾ, ਧਾਰਮਿਕ ਅਦਾਰਿਆਂ ਦਾ, ਧਾਰਮਿਕ ਗ੍ਰੰਥਾਂ ਦਾ, ਧਾਰਮਿਕ ਅਸਥਾਨਾਂ ਦਾ ਸਤਿਕਾਰ ਕਰਦੇ ਹਾਂ,
पर कदे भी दुनिया दे विच हिंदू मत के धार्मिक ग्रंथां की निरादरी नहीं हुई, ईसाई मत के धार्मिक ग्रंथां की निरादरी नहीं हुई, मुसलमानी मत के धार्मिक ग्रंथां की धार्मिक अस्थानों की धार्मिक इंसानों की कदे वास्ते निरादरी नहीं हुई। असी चाहते नहीं हर एक धर्म का हर एक धार्मिक ग्रंथ का सत्कार करते हैं, पर जान बुझ करके वार वार श्री गुरु ग्रंथ साहब जी महाराज सच्चे पातशाह की निरादरी एक गिणी मिथी साजिश के तहत होंगी है। मैं अपने वालों संगतों को बेनती करदा कि आओ आपां शस्त्रधारी होईए। जिस दिन समुचा सिख पंथ शस्त्रधारी हो गया, इहो जे लंडी बुची लोग कदे वास्ते निरादरी की जरूरत नहीं करनगे। मैं अपने वालों संगतों का धन्यवाद भी करदा ते बेनती भी करदा कि आपां शस्त्रधारी होईए। मीडिये वाले वीरां दा धन्यवाद करदा जिन्हां ने इस खबर नूं देशां ते विदेशां विच पहुंचाउण दा जतन कीता। बाकी जिहड़ा प्रशासन आ उहनां नूं बेनती आ कि जिहड़े दोषी फड़े गया उहनां ते बनदी कारवाई की जाए ता कि आने वाले समय में इहो जी घटना आपां नूं दुबारा वेखण वास्ते ना मिले। मैं नगर निवासियों का संगतां का प्रबंधकों का धन्यवाद करदा हां। खिमां दा जाचक, वाहिगुरू जी का खालसा, वाहिगुरू जी की फतेह।